ਅਸਲਾਮ ਵਾਲੇਕੁਮ ਰਹਿਮਤੁਲਾਹ ਬਰਕਾਤੁਹ, ਜੰਨਤ ਹਲਾਲ ਹੋ ਦੋਜ਼ੁਖ ਹਰਾਮ ਹੋ। ਕੀ ਹਾਲ ਚਾਲ ਹੈ ਸਾਰਿਆਂ ਦਾ ਜੀ? ਮੈਂ ਜ਼ੈਨ ਮਨੀਰ, ਸਈਦ ਇੰਡਸਟਰੀ ਅਤੇ ਤੁਹਾਡੀ ਖਿਦਮਤ ਪੇਸ਼ ਹੈ ਜੀ। ਅੱਜ ਦੀ ਵੀਡੀਓ 'ਚ ਮੈਂ ਤੁਹਾਨੂੰ ਅੱਜ ਦੀ ਲੋਡਿੰਗ ਦੱਸਾਂਗਾ ਜੀ, ਅੱਜ ਕਿਹੜੇ ਕਿਹੜੇ ਰੂਟਾਵੇਟਰ ਕਿੱਥੇ ਕਿੱਥੇ ਜਾਣਗੇ ਅਤੇ ਕਿਹੜੇ ਕਿਹੜੇ ਇਲਾਕੇ 'ਤੇ ਜਾ ਰਹੇ ਆ। ਪੂਰੀ ਵੀਡੀਓ ਸਾਡੀ ਦੇਖਣਾ। ਇਹ ਜੀ ਸਾਡਾ ਸਭ ਤੋਂ ਪਹਿਲਾਂ ਅੱਜ ਹੈ ਜੀ 7 ਜੁਲਾਈ, ਸਭ ਤੋਂ ਪਹਿਲਾਂ ਤੁਹਾਨੂੰ ਦੱਸਦਾ 7 ਜੁਲਾਈ 2024, ਅਤੇ ਸਭ ਤੋਂ ਪਹਿਲਾਂ ਰੂਟਾਵੇਟਰ ਜਾ ਰਿਹਾ ਰਾਏ ਜ਼ਰੀ ਫਾਰਮ ਸ਼ੇਰ ਨਗਰ, ਅਬਦੁੱਲਾ ਸ਼ੂਗਰ ਮਿਲ ਦੇ ਲਾਗੇ ਰੂਟਾਵੇਟਰ ਜਾ ਰਿਹਾ ਸਾਡਾ 66 ਫਾਲਾ। 385 ਟਰੈਕਟਰ ਵਾਸਤੇ ਇਹਨਾਂ ਨੇ ਬਣਵਾਇਆ ਸੀ। ਬੜੇ ਅੱਛੇ ਸਾਡੇ ਦੋਸਤ ਨੇ, ਬੜੇ ਅੱਛੇ ਸਾਡੇ ਭਾਈ ਨੇ, ਸਾਡੇ ਕੋਲ ਤਸ਼ਰੀਫ ਲਿਆਏ, ਅਸੀਂ ਉਹਨਾਂ ਦਾ ਮਸ਼ਕੂਰ ਹਾਂ ਜੀ। ਰੂਟਾਵੇਟਰ ਜਾ ਰਿਹਾ 66 ਫਾਲਾ 385 ਟਰੈਕਟਰ ਵਾਸਤੇ ਇਹਨਾਂ ਨੇ ਬਣਵਾਇਆ ਵਾ, ਅਤੇ ਇਨਸ਼ਾਅੱਲਾ ਇਹਦੀ ਵੀਡੀਓ ਵੀ, ਵਰਕਿੰਗ ਵੀਡੀਓ ਕੋਸ਼ਿਸ਼ ਕਰਾਂਗੇ ਤੁਹਾਡੇ ਵਰਕਿੰਗ ਵੀਡੀਓ ਵੀ ਲਾਈਏ, ਕਿਉਂਕਿ ਅਕਸਰ ਜ਼ਿੰਮੇਦਾਰ ਭਾਈ ਸਾਨੂੰ ਸੈਂਡ ਕਰ ਦਿੰਦੇ, ਕਈਆਂ ਕੋਲ ਵਟਸਐਪ ਜਾਂ ਟਿਕਟੋਕ ਵਗੈਰਾ ਨਹੀਂ ਹੁੰਦਾ ਅਤੇ ਉਹ ਨਹੀਂ ਲੈਂਦੇ। ਇਹ ਜੀ 4,35,000 ਰੁਪਇਆ ਰੂਟਾਵੇਟਰ, ਪਹਿਲਾਂ ਇੱਕ ਰੂਟਾਵੇਟਰ ਅੱਜ ਦੀ ਲੋਡਿੰਗ ਹੋ ਰਹੀ ਹੈ। ਇਹਦਾ ਸਮਾਨ ਸਾਰਾ ਕਰਾਸ਼ ਐਫਰਟ 'ਤੇ ਸਾਰਾ ਕੁਛ ਜੀ ਰੈਡੀ ਪਿਆ, ਇਨਸ਼ਾਅੱਲਾ ਇਹਨੂੰ ਲੋਡ ਕਰਵਾਉਂਦੇ ਹਾਂ। ਬਾਕੀ ਅਗਲੇ ਵੀ ਤੁਹਾਨੂੰ ਦੱਸਦੇ ਹਾਂ ਜੀ, ਰੂਟਾਵੇਟਰ ਕਾਫੀ ਜ਼ਿਆਦਾ ਜ਼ਿਆਦਾ ਜਾਣੇ ਆ ਅੱਜ, ਅਤੇ ਤੁਹਾਨੂੰ ਦੱਸਾਂਗੇ ਨਾਲ ਨਾਲ। ਜੀ ਇੱਕ ਰੂਟਾਵੇਟਰ ਜਾ ਰਿਹਾ ਜੀ 66 ਫਾਲਾ ਰੂਟਾਵੇਟਰ, 136 ਮੋਬਾਈਲ ਚੋਈ ਨਦੀਮ ਸਾਹਿਬ ਹੈ ਨੇ, ਸਾਡੇ ਬੜੇ ਹੀ ਅੱਛੇ ਦੋਸਤ ਨੇ, ਅਤੇ ਉੱਥੇ ਜਾ ਰਿਹਾ ਜੀ ਆਪਣਾ ਚੀਚਾਵਤੀ ਲਾਗੇ 136 ਮੋਬਾਈਲ, ਅਤੇ ਇਨਸ਼ਾਅੱਲਾ ਲੋਡ ਕਰ ਰਹੇ ਜੀ ਗੱਡੀ। ਰੂਟਾਵੇਟਰ ਮਾਸ਼ਾਅੱਲਾ ਬੇਤਹਾਸ਼ਾ ਅਲਹਮਦੁਲਿਲਾ ਬੰਨੀ ਜਾ ਰਹੇ ਨੇ ਅਤੇ ਜਾਈ ਜਾ ਰਹੇ ਨੇ, ਰਫੜ ਮਾਰਨ ਵਾਸਤੇ ਐਕਚੁਲੀ ਲੈ ਕੇ ਜਾ ਰਹੇ ਨੇ, ਮੁੰਜੀ ਲਾਉਣੀ ਨੇ ਲੋਕਾਂ ਨੇ, ਅਤੇ ਉਸ ਵਾਸਤੇ ਜਾ ਰਿਹਾ। ਅਤੇ ਮਾਸ਼ਾਅੱਲਾ ਤੁਸੀਂ ਵੀ ਰਾਬਤਾ ਸਾਡੇ ਨਾਲ ਕਰ ਸਕਦੇ ਹੋ, ਅਤੇ ਕਿਉਂਕਿ ਹੋਰ ਤਕਰੀਬਨ 4 ਹਫ਼ਤੇ ਰੂਟਾਵੇਟਰ ਸਾਡੇ ਕੋਲ ਅਵੇਲੇਬਲ ਨੇ, ਉਸ ਤੋਂ ਬਾਅਦ ਰੂਟਾਵੇਟਰ ਨਹੀਂ ਬਣਨੇ ਕਿਉਂਕਿ ਸੀਜ਼ਨ ਸਾਡਾ ਆਲੂਆਂ ਦਾ ਸ਼ੁਰੂ ਹੋਏ ਨੇ। ਇਨਸ਼ਾਅੱਲਾ ਮਿਲਦੇ ਹਾਂ ਅਗਲੇ ਬਲੌਗ 'ਤੇ ਜੀ, ਬਹੁਤ ਸ਼ੁਕਰੀਆ, ਅੱਲਾ ਹਾਫਿਜ਼। ਅੱਛਾ ਜੀ, ਹੁਣ ਮੈਂ ਤੁਹਾਨੂੰ ਦਿਖਾ ਰਿਹਾ ਜੀ ਅੱਜ ਦੀ ਜਿਹੜੀ ਲੋਡਿੰਗ, ਦੂਸਰੇ ਇੱਕ ਰੂਟਾਵੇਟਰ ਸਾਡਾ ਚੱਲ ਰਿਹਾ, ਆਲਰੇਡੀ ਚਲਾ ਗਿਆ, ਦੂਸਰੇ ਹੁਣ ਲੋਡ ਹੋਣ ਲੱਗੇ ਜੀ। ਕਿੱਥੇ ਕਿੱਥੇ ਜਾ ਰਹੇ ਤੁਹਾਨੂੰ ਦੱਸ ਦਿੰਦੇ ਹਾਂ। ਇਹ ਅਲੀ ਅਹਿਮਦ ਮੈਂਬਰ ਖਾਨ ਬਲੋਚ, ਇਹ ਵਸੀਮ ਬਲੋਚ ਨੇ, ਸਾਡੇ ਬੜੇ ਹੀ ਅੱਛੇ ਦੋਸਤ ਨੇ, ਭਾਈ ਨੇ ਸਾਡੇ। 72 ਫਾਲਾ ਰੂਟਾਵੇਟਰ 233 EB 'ਤੇ ਚੱਲਾ ਜੀ ਗੱਗੋ ਮੰਡੀ, ਅਤੇ ਇਹਨਾਂ ਨੇ 85 ਮਗਰ ਚਲਾਉਣਾ ਅਤੇ ਜਾਣ ਦੇ ਨਾਲ ਹੀ ਰਿਫੰਡ ਮਾਰਨਾ, ਮੂੰਜੀ ਕਾਸ਼ਟ ਕਰ ਰਹੇ ਨੇ ਜੀ, ਅਤੇ ਇਹਨਾਂ ਦਾ ਜਾਣ ਦੇ ਨਾਲ ਹੀ ਰਿਫੰਡ ਮਾਰਨਗੇ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ। ਤੁਹਾਨੂੰ ਵੀਡੀਓ ਵੀ ਇਹਦੀ ਸ਼ੇਅਰ ਕਰਾਂਗੇ ਜੀ। 4,50,000 ਰੁਪਏ ਦਾ ਰੂਟਾਵੇਟਰ ਸੀ, 54 ਫਾਲਾ। ਉਸ ਤੋਂ ਇਲਾਵਾ ਜੀ ਇੱਕ ਰੂਟਾਵੇਟਰ ਜਾ ਰਿਹਾ ਜੀ, ਇਹ ਆਪਣਾ ਸਜਾਦ ਹੁਸੈਨ ਸਿਆਲ, ਨਿਆਜ਼ ਹੁਸੈਨ ਸਿਆਲ, ਜ਼ਰਈ ਫਾਰਮ ਚੌਕ ਆਜ਼ਮ। ਇਹ ਰਾਣਾ ਇਰਫਾਨ ਸਾਹਿਬ ਆਏ ਸੀ ਈਦ ਦੇ ਚੌਥੇ ਦਿਨ ਸਾਡੇ ਕੋਲ, ਉਹਨਾਂ ਨੇ ਆਰਡਰ ਬੁੱਕ ਕਰਵਾਇਆ ਸੀ ਸਾਡੇ ਕੋਲ 61 ਫਾਲਾ ਰੂਟਾਵੇਟਰ ਅਤੇ 54 ਫਾਲਾ ਰੂਟਾਵੇਟਰ। ਮਾਸ਼ਾਅੱਲਾ ਬਹੁਤ ਹੀ ਖੂਬਸੂਰਤ ਰੂਟਾਵੇਟਰ ਤਿਆਰ ਕੀਤਾ ਜੀ ਉਹਨਾਂ ਦਾ, ਇਹਨਾਂ ਨੇ ਵੀ ਰਿਫੰਡ 'ਚ ਮਾਰਨਾ ਜੀ, ਬੜੀ ਬਿਹਤਰੀਨ ਇਨਸ਼ਾਅੱਲਾ ਸਿਸਟਮ ਹੋ ਗਿਆ। 4,25,000 ਰੁਪਏ ਦਾ 60 ਫਾਲਾ ਜੀ, ਅਤੇ 54 ਫਾਲਾ ਤੁਹਾਨੂੰ ਦਿਖਾਉਂਦੇ ਉਹਨਾਂ ਦਾ। ਉਸ ਤੋਂ ਪਹਿਲੇ ਜੀ ਇੱਕ ਰੂਟਾਵੇਟਰ ਜਾ ਰਿਹਾ ਐਮ ਇਸਮੈਲ ਜ਼ਰੀਫ ਫਾਰਮ, ਥਾਣਾ ਅਹਿਮਦ ਯਾਰ, ਇਹ ਨੰਬਰ ਲਿਖਿਆ ਜੀ ਉਹਨਾਂ ਦਾ, ਅਤੇ 54 ਫਾਲਾ ਰੂਟਾਵੇਟਰ ਗਾਜ਼ੀ 65 ਹਸਪਤਾਲ ਮਗਰ ਉਹਨਾਂ ਨੇ ਬਣਵਾਇਆ ਵਾ। ਬਹੁਤ ਹੀ ਖੂਬਸੂਰਤ, ਬਿਹਤਰੀਨ, ਪਾਏਦਾਰ, ਮਜ਼ਬੂਤ ਅਤੇ ਜ਼ਬਰਦਸਤ ਰੂਟਾਵੇਟਰ, ਪੂਰੇ ਪਾਕਿਸਤਾਨ ਦਾ ਨੰਬਰ 1 ਰੂਟਾਵੇਟਰ ਅਲਹਮਦੁਲਿਲਾ ਅਸੀਂ ਉਹਨਾਂ ਵਾਸਤੇ ਤਿਆਰ ਕੀਤਾ ਵਾ 54 ਫਾਲਾ। ਇਹ 4,15,000 ਰੁਪਏ ਦਾ, ਇਹ ਵੀ ਇਨਸ਼ਾਅੱਲਾ ਹੁਣ ਲੋਡ ਹੋਣ ਲੱਗਾ ਜੀ। ਉਸ ਤੋਂ ਬਾਅਦ ਜੀ ਇਹ ਰੂਟਾਵੇਟਰ ਸਾਡਾ 54, ਇਹ ਵੀ 54 ਫਾਲਾ ਰੂਟਾਵੇਟਰ, ਇਹ ਚੌਕ ਆਜ਼ਮ ਚੱਲਾ ਜੀ, ਜ਼ਰੀਫ ਰਾਣਾ ਜ਼ਰੀਫ ਫਾਰਮ ਚੌਕ ਆਜ਼ਮ, ਇਹ ਜਾਣਾ ਜੀ ਇੱਧਰ ਆਪਣਾ। ਬਲਕਿ 60 ਫਾਲਾ ਰੂਟਾਵੇਟਰ 4,25,000 ਰੁਪਏ ਦਾ ਅਸੀਂ ਦੇ ਰਹੇ ਹਾਂ 60 ਫਾਲਾ। 54 ਫਾਲਾ 4,15,000 ਰੁਪਏ ਦਾ ਰਾਣਾ ਇਰਫਾਨ ਸਾਹਿਬ ਨੇ, ਸਾਡੇ ਬਹੁਤ ਹੀ ਅੱਛੇ ਦੋਸਤ, ਸਾਡੇ ਸਬਸਕ੍ਰਾਈਬਰ ਵੀ ਨੇ, ਫੋਲੋਵਰ ਵੀ ਨੇ, ਉਹ ਸਾਰੇ ਅਲਹਮਦੁਲਿਲਾ ਬਹੁਤ ਹੀ ਅੱਛੇ, ਸਾਡੀ ਇੱਜ਼ਤ ਕਰਦੇ ਨੇ, ਅੱਲਾਹ ਤਾਲਾ ਉਹਨਾਂ ਨੂੰ ਤੰਦਰੁਸਤੀ ਦੇਵੇ ਜੀ। ਅਤੇ ਉੱਥੇ ਜਾ ਰਹੇ ਰੂਟਾਵੇਟਰ, ਇਹ ਅੱਜ ਦੀ ਲੋਡਿੰਗਾਂ ਹੋਣੀਆਂ ਵਾ। ਉਸ ਤੋਂ ਇਲਾਵਾ 2 ਰੂਟਾਵੇਟਰ ਹੋਰ ਆ, ਉਹ ਇੱਕ ਮੰਡੀ ਬਾਵਲ ਦਿਨ ਜਾਣਾ ਅਤੇ ਇੱਕ ਜਾਣਾ ਗੁਜਰਾਤ ਝੀਰਾਂ ਵਾਲੀ।
ਤੇ ਉੱਥੇ ਜਾਵਾਂਗੇ, ਉਹ ਵੀ ਇਨਸ਼ਾਅੱਲਾ ਤੁਹਾਨੂੰ ਦੱਸਾਂਗੇ ਯਾਰ। ਰੂਟਾਵੀਟਰ ਲੋਡ ਕਰਨ ਲੱਗੇ ਜੀ ਅਸੀਂ, ਅਤੇ ਸਾਡੀ ਵੀਡੀਓ ਨੂੰ ਰੋਜ਼ਾਨਾ ਅਸੀਂ ਇਨਸ਼ਾਅੱਲਾ ਹੁਣ ਅਪਲੋਡ ਕਰਿਆ ਕਰਾਂਗੇ। ਸਾਡੇ ਟਿਕਟੋਕ ਚੈਨਲ ਨਵੇਂ ਚੈਨਲ ਆ ਸਹੀਦ ਇੰਡਸਟਰੀ ਦੇ ਨਾਮ 'ਤੇ ਸਰਚ ਕਰੋਗੇ ਅਤੇ ਉਹਨੂੰ ਵੀ ਫੋਲੋ ਕਰਨਾ। ਪੁਰਾਣਾ ਚੈਨਲ ਜੈਸਾ ਕਿ ਤੁਸੀਂ ਜਾਣਦੇ ਹੋ ਕਿ ਬਲੌਕ ਹੋ ਗਿਆ ਸੀ ਕਿਸੇ ਵਜ੍ਹਾ ਨਾਲ, ਕੋਈ ਮਸਲਾ ਨਹੀਂ ਹੈ, ਅਲਹਮਦੁਲਿਲਾ ਇੱਜ਼ਤ ਅੱਲਾਹ ਦੀ ਜ਼ਾਤ ਦਿੰਦੀ ਹੈ। ਇਨਸਾਨ ਬਿਲਕੁਲ ਵਸੀਲਾ ਹੁੰਦੇ ਨੇ। ਤੁਹਾਡੇ ਭਾਈਆਂ ਦਾ ਬਹੁਤ ਬਹੁਤ ਸ਼ੁਕਰੀਆ ਜਿਹੜਾ ਸਾਨੂੰ ਫੋਲੋ ਕਰਦੇ ਹੋ, ਸਾਨੂੰ ਮੁਹੱਬਤ ਦਿੰਦੇ ਹੋ, ਅਤੇ ਇਨਸ਼ਾਅੱਲਾ ਇਸ ਤਰ੍ਹਾਂ ਤੁਹਾਡੀ ਖਿਦਮਤ 'ਚ ਹਮੇਸ਼ਾ ਅਸੀਂ ਅੱਗੇ ਅੱਗੇ ਪੇਸ਼ ਰਵਾਂਗੇ। ਬਹੁਤ ਸ਼ੁਕਰੀਆ, ਇਜਾਜ਼ਤ ਚਾਹੁੰਦੇ ਅੱਜ ਦੀ ਵੀਡੀਓ ਵਾਸਤੇ। ਅੱਲਾ ਹਾਫਿਜ਼।